हेलो, मेरा नाम चौधरी हरिजिंदर निजर हैगा ते मैं पंडोरी निजरां दा जट हैगा। ते मैं किताब लिखी कख होले लख, ते ओदी मैं रिवीजन कर रहा हैगा। ते ए चैप्टर हैगा चार, मसीह ईसा जी दा कुआरी दे जन्म क्यों होया ते ओदे सबूत। फिर क्राइस्ट पॉल ਜਿਹੜਾ ਕਿ ਟੋਰਾ ਆਦਿ ਵਿੱਚ ਮਾਹਰ ਸੀ ਨੇ ਵੀ ਮਸੀਹ ਈਸਾ ਜੀ ਨੂੰ ਦੂਸਰਾ ਆਦਮ ਦੱਸਿਆ, ਭਾਵ ਕਿ ਮਸੀਹ ਈਸਾ ਜੀ ਦਾ ਪਿਓ ਕੋਈ ਦੁਨਿਆਵੀ ਆਦਮੀ ਨਹੀਂ ਸੀ, ਪਰ ਇਹ ਅਕਾਲ ਪੁਰਖ ਦੇ ਵਰ ਨਾਲ ਹੀ ਪੈਦਾ ਹੋਇਆ ਸੀ। ਅਤੇ ਦੂਸਰਾ ਆਦਮ ਹੋਣ ਦੇ ਨਾਤੇ ਵਿੱਚ, ਦੂਸਰਾ ਆਦਮ ਹੋਣ ਦੇ ਨਾਤੇ ਇਹ ਸ਼ਾਦੀ ਵੀ ਨਹੀਂ ਕਰ ਸਕਦੇ ਸਨ, ਬਰੀਅਲ ਚੈਂਬਰ। ਫਿਰ ਇਹ ਵੀ ਇੱਕ ਸਬੂਤ ਹੈ, ਇਹ ਨਵਾਂ ਹੀ ਤਿਆਰ ਕੀਤਾ ਸੀ, ਜੋਸਫ ਨੇ ਇਹਨੂੰ ਤਿਆਰ ਕੀਤਾ ਸੀਗਾ ਆਪਣੇ ਲਈ, ਅਤੇ ਉਹਨੇ ਉਹ ਤਿਆਰ ਕੀਤਾ ਸੀਗਾ ਅਤੇ ਇਹਦੇ 'ਚ ਕੋਈ ਇੱਥੇ ਆਦਮੀ ਨਹੀਂ ਸੀ ਪਾਇਆ, ਇਹ ਵਰਜਨ ਸੀਗਾ ਬਰੀਅਲ ਚੈਂਬਰ। ਅਤੇ ਇਸ ਲਈ ਇਸ ਵਿੱਚ ਜੀਸਸ ਪਹਿਲਾ ਆਦਮੀ ਸੀ ਜਿਸ ਨੂੰ ਵਿੱਚ ਰੱਖਿਆ ਗਿਆ, ਭਾਵ ਕਿ ਜੀਸਸ ਦਾ ਕੋਈ ਵੀ ਵੱਡਾ ਵਡੇਰਾ ਨਹੀਂ ਸੀ ਇਸ ਦੁਨੀਆਂ 'ਚ ਕੋਈ ਨਹੀਂ। ਹੁਣ ਮਸੀਹ ਈਸਾ ਜੀ ਲੋਕਾਂ ਨੂੰ ਰਾਮ ਰਾਜੇ ਦਾ ਸੰਦੇਸ਼ ਦਿੰਦੇ ਸਨ ਅਤੇ ਇਸ ਨੂੰ ਮੁੱਖ ਰੱਖਦਿਆਂ ਟੈਂਪਲ ਦੇ ਚਤਰ ਚਲਾਕ ਦਵੀਜਾ ਰਬਾਈਆਂ ਨੇ ਰੋਮ ਦੇ ਇੱਕੀਜਾ ਹੁਕਮਰਾਨ ਪਾਇਲਟ ਨੂੰ ਭੜਕਾਇਆ ਕਿ ਇਹ ਆਪਣੀ ਇੱਕ ਹੋਰ ਹਕੂਮਤ ਚਲਾਉਣਾ ਚਾਹੁੰਦਾ ਹੈ। ਅਤੇ ਇਸ ਕਰਕੇ ਮਸੀਹ ਈਸਾ ਜੀ ਨੂੰ ਰਾਮ ਰਾਜਿਆਂ ਵਾਲਾ ਹੀ ਕੰਡਿਆਂ ਦਾ ਤਾਜ ਪਾ ਕੇ ਇੱਕ ਭਿਆਨਕ ਜਗ੍ਹਾ ਦੋ ਚੋਰਾਂ ਨਾਲ ਕ੍ਰਾਸ ਉੱਤੇ ਟੰਗ ਕੇ ਮਾਰਿਆ ਸੀ। ਇਹ ਇੰਜ ਕਿਉਂ ਹੋਇਆ? ਇਸ ਦਾ ਉੱਤਰ ਇਹ ਹੈ ਕਿ ਜਿਹੜਾ ਜਿਸਮ ਉੱਤੇ ਲੱਗਦਾ ਹੈ ਰੂਹਾਂ ਉੱਤੇ ਉਸਦੇ ਉਲਟ, ਜਿਸਮ ਦੇ ਬਾਦਸ਼ਾਹ ਆਬਾਦੀ ਦੇ ਸ਼ਾਹ ਰਾਮ ਵਾਲੇ ਸੋਨੇ ਚਾਂਦੀ ਦੇ ਤਾਜ ਪਾਉਂਦੇ ਹਨ ਅਤੇ ਰੂਹਾਂ ਦੇ ਪਾਤਸ਼ਾਹ ਜਿਹੜੇ ਕਿ ਹੈਗੇ ਆਬਾਦੀ ਦੇ ਸ਼ਾਹ ਨਹੀਂ ਹੈਗੇ, ਦਿਲਾਂ ਦੇ ਸ਼ਾਹ ਹੈਗੇ, ਲੋਕਾਂ ਦੇ ਦਿਲਾਂ ਦੇ ਸ਼ਾਹ, ਕੰਡਿਆਂ ਵਾਲਾ ਹੀ ਤਾਜ ਪਾਉਣਗੇ, ਉਸਦੇ ਉਲਟ ਨਾ ਸੋਨੇ ਚਾਂਦੀ ਦਾ ਰਾਮ ਦੇ। ਇਹ ਹੈਗਾ ਮੋਸਟ ਅਨਕੰਫਰਟੇਬਲ। ਨਾਲ ਟੰਗੇ ਚੋਰਾਂ ਵਿੱਚੋਂ ਇੱਕ ਅਕੀਜਾ ਸੀ ਅਤੇ ਉਸ ਨੇ ਮਸੀਹ ਈਸਾ ਜੀ ਨੂੰ ਬਚਾਉਣ ਲਈ ਕਿਹਾ, ਪਰ ਦੂਜਾ ਦਵੀਜਾ ਸੁਰਤੀ ਵਾਲਾ ਰੋਬਿਨ ਹੁੱਡ, ਜਿੱਦਾਂ ਨੋਟਿੰਗਮ ਦਾ ਰੋਬਿਨ ਹੁੱਡ ਸੀ, ਅਮੀਰਾਂ ਨੂੰ ਲੁੱਟਦਾ ਸੀ ਅਤੇ ਗਰੀਬਾਂ ਨੂੰ ਪੈਸੇ ਦੇ ਦਿੰਦਾ ਸੀ, ਸੁਰਤੀ ਵਾਲਾ ਸੀ ਅਤੇ ਕਹਿੰਦਾ ਕਿ ਅਸੀਂ ਤਾਂ ਕਸੂਰਵਾਰ ਹਾਂ, ਪਰ ਮਸੀਹ ਈਸਾ ਜੀ ਤਾਂ ਬੇਕਸੂਰਾ ਹੀ ਮਾਰਿਆ ਜਾਂਦਾ ਹੈ। ਭਾਵ ਇਹ ਕਿ ਚੋਰ ਵੀ ਅਕਾਲ ਪੁਰਖ ਤੋਂ ਡਰਦੇ ਹਨ ਅਤੇ ਝੂਠ ਨਹੀਂ ਬੋਲਦੇ। ਹੁਣ ਇੱਥੇ ਇਹ ਵੀ ਦੱਸਣਾ ਠੀਕ ਹੋਵੇਗਾ ਕਿ ਜਦੋਂ ਦੂਸਰੇ ਕ੍ਰਾਈਸਟ ਜਾਂ ਸਤਿਗੁਰੂ ਨਾਨਕ ਦੇਵ ਜੀ ਆਏ ਸਨ ਤਾਂ ਉਹਨਾਂ ਨੇ ਆਪਣੇ ਖੱਤਰੀ ਪਿਓ ਦੇ ਹੀ ਘਰ ਜਨਮ ਲਿਆ ਸੀ, ਨਾ ਕਿਤੇ ਹੋਰ ਥਾਂ, ਕਿਉਂਕਿ ਪੰਜਾਬ ਵਿੱਚ ਜੈਂਟਾਈ ਵਾਂਗ ਲੋਕ ਆਪਣੀ ਜਾਤੀ ਔਰ ਵਾਸੀ ਦੱਸਦੇ ਸਨ, ਨਾ ਕਿ ਯਹੂਦੀਆਂ ਵਾਂਗ ਹਿੰਦੂ ਆਦਿ। ਪਰ ਈਰਾਨ ਵਿੱਚ ਜਦੋਂ ਇਹ ਖੱਤਰੀ ਗਏ, ਇਹਨਾਂ ਖੱਤਰੀਆਂ ਨੇ ਆਪਣੀ ਕੌਮ ਹਿੰਦੂ ਦੱਸੀ ਅਤੇ ਸ਼ੈਤਾਨਾਂ ਵਾਲੇ ਠੱਗੀ ਦੇ ਕੰਮ ਕਰਕੇ ਇਹ ਖੂਬ ਕਰਾੜ ਦੇ ਨਾਂ ਉੱਤੇ ਬਦਨਾਮ ਹੋਏ ਸਨ। ਇਹਨਾਂ ਨੂੰ ਉਹਦੇ ਮੁਲਤਾਨ ਵੱਲ ਸਾਰੇ ਰਾਨ ਵਾਲ ਕਰਾੜ ਕਹਿੰਦੇ ਸੀਗੇ, ਲਾਲਚੀ। ਫਿਰ ਸਾਊਥ ਦੱਖਣੀ ਭਾਰਤ ਵਿੱਚ ਹਰ ਇੱਕ ਆਦਮੀ ਦੀ ਪਛਾਣ ਲਈ ਉਸਦੇ ਪਿਓ
ਅਤੇ ਪਿੰਡ ਜਾਤੀ ਔਰ ਬਾਸੀ, ਪਿਓ ਜਾਤੀ ਹੋ ਗਈ ਅਤੇ ਪਿੰਡ ਹੋ ਗਿਆ ਬਾਸੀ ਦਾ ਨਾਂ ਉਹਨਾਂ ਦੇ ਨਾਵਾਂ ਵਿੱਚ ਸ਼ਾਮਿਲ ਹਨ। ਉਹਨਾਂ ਦੇ ਨਾਂ ਜਿਹੜੇ ਹੁੰਦੇ ਚਾਰ ਹੁੰਦੇ ਨੇ, ਪਹਿਲਾਂ ਮੁੰਡੇ ਦਾ ਨਾਂ, ਫਿਰ ਉਹਦੇ ਪੇ ਦਾ ਨਾਂ, ਫਿਰ ਉਹਦੇ ਪਿੰਡ ਦਾ ਨਾਂ, ਫਿਰ ਉਹਦਾ ਗੋਤ, ਅਤੇ ਉਹਦੇ ਨਾਲ ਮੁੰਡੇ ਦੀ ਪਛਾਣ ਹੋ ਜਾਂਦੀ ਵੀ ਫਲਾਨੇ ਦਾ ਪੁੱਤ ਹੈਗਾ ਅਤੇ ਫਲਾਨੀ ਪਿੰਡ ਦਾ ਰਹਿਣ ਵਾਲਾ। ਇਹਨੂੰ ਕਹਿੰਦੇ ਹਿੰਦੂ, ਜਿਹਨੂੰ ਆਪਣੀ ਹੋਂਦ ਦਾ ਪਤਾ ਹੋਵੇ ਉਹਨੂੰ ਕਹਿੰਦੇ ਹਿੰਦੂ, ਜਿਹਨੂੰ ਨਾ ਹੋਂਦ ਦਾ ਪਤਾ ਹੋਵੇ ਜਾਂ ਛਪਾਵੇ ਉਹਨੂੰ ਕਹਿੰਦੇ ਹਰਾਮੀ। ਇਸ ਲਈ ਕ੍ਰਾਈਸਟ ਥੋਮਸ ਨੇ ਕਿਸੇ ਨੂੰ ਜੌਨ ਵਾਂਗ ਪਾਣੀ ਵਿੱਚ ਡੁਬਕੀ ਨਹੀਂ ਦਿੱਤੀ ਸੀ। ਜੌਨ ਨੇ ਦਿੱਤੀ ਸੀ ਇਬਰਾਹਿਮ ਦੇ ਨਾਂ 'ਤੇ, ਕਿਉਂ ਇਹਨਾਂ ਨੇ ਸੰਬੰਧ ਆਪਣਾ ਤੋੜ ਲਿਆ ਸੀਗਾ ਯਹੂਦੀਆਂ ਨੇ, ਅਤੇ ਇੱਥੇ ਜਿਹੜਾ ਸੀ ਸੰਬੰਧ ਬੱਝਿਆ ਹੋਇਆ ਸੀਗਾ। ਇੱਥੇ ਕੋਈ ਜ਼ਰੂਰਤ ਸੀ, ਕੋਈ ਜ਼ਰੂਰਤ ਨਹੀਂ ਸੀ ਕਿ ਪਾਣੀ 'ਚ ਡੁਬਕੀ ਦੇਣ ਦੀ ਦਿੱਤੀ ਸੀ, ਅਤੇ ਨਾ ਹੀ ਕਿਸੇ ਬਿਸ਼ਪ ਨੇ, ਜੇ ਉਹਦਾ ਕੋਈ ਉਹ ਸੀਗਾ ਉਹਦਾ ਬਿਸ਼ਪ ਜਾਂ ਚਰਚ ਦਾ, ਉਹਨੇ ਵੀ ਨਹੀਂ ਸੀ ਦਿੱਤੀ। ਪਰ ਪੋਪਾ ਨੇ ਆਣ ਕੇ ਆਪਣੀਆਂ ਜਾਅਲੀ ਰਸਮਾਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਇਹਨਾਂ ਦੇ ਪੋਪ ਆਇਆ, ਪੁਰਚੁਗੀਜ਼ ਪੋਪ ਆਇਆ, ਉਹਨੇ ਜਦੋਂ ਦੇਖਿਆ ਵੀ ਇਹਦੇ ਥੋਮਸ ਨੂੰ ਕ੍ਰਾਈਸਟ ਕਹਿੰਦੇ ਨੇ, ਕਹਿੰਦੇ ਨਹੀਂ ਨਹੀਂ ਇੱਕ ਕ੍ਰਾਈਸਟ ਜੀਸਸ, ਅਤੇ ਉਹ ਜਿਹੜੇ ਕਹਿੰਦੇ ਸੀਗੇ ਜਾਂ ਜਿਹੜੇ ਉਹਦੇ ਕਾਮੇ ਸੀ ਉਹਨਾਂ ਨੂੰ ਵੀ ਕ੍ਰਾਈਸਟ ਲੋਕ ਕਹਿੰਦੇ ਸੀਗੇ। ਇਹ ਕ੍ਰਿਸਚੀਅਨ ਤਾਂ ਇਹੋ ਹੀ ਸਾਊਥ ਵਿੱਚ ਆਪਣੇ ਇਹਨਾਂ ਜਿਹੜੇ ਯਹੂਦੀ ਹੈਗੇ ਇਹਨਾਂ ਨੇ ਸ਼ੁਰੂ ਕੀਤਾ ਹੈਗਾ ਕ੍ਰਿਸਚੀਅਨ ਵਰਲਡ। ਕ੍ਰਿਸਚੀਅਨ ਅਡਜੈਕਟਿਵ ਹੁੰਦਾ ਅੰਨਾ, ਜਿੱਦਾਂ ਹੁੰਦਾ ਡਿਸਾਈਪਲ, ਅਤੇ ਇਹਦੇ 'ਚ ਹੁੰਦੇ ਜਿਹੜਾ ਕ੍ਰਾਈਸਟ ਹੁੰਦਾ ਉਹ ਅੰਨਾ ਨਹੀਂ ਹੁੰਦਾ, ਉਹ ਲੇਬਰਰ ਹੁੰਦਾ ਹੈਗਾ, ਲੇਬਰਰ ਵਰਕਿੰਗ ਇਨ ਦੀ ਵਿੰਜਾਰਡ ਆਫ ਆਵਰ ਫਾਦਰ। ਅਤੇ ਇਸ ਲਈ ਕ੍ਰਾਈਸਟ ਹੋਣਾ ਜ਼ਰੂਰੀ ਹੈਗਾ। ਜੇ ਤੁਹਾਡੇ ਦਿਲ 'ਚ ਕ੍ਰਾਈਸਟ ਨਹੀਂ ਹੈਗਾ ਤਾਂ ਤੁਸੀਂ ਅੰਧ ਅੰਧੇਰੇ 'ਚ ਹੈਗੇ ਆ, ਕਿਤਾਬੀ ਕੀੜੇ ਹੈਗੇ ਆ। ਤਦੇ ਇਹਨਾਂ ਨੂੰ ਯਹੂਦੀਆਂ ਨੂੰ ਅਤੇ ਕ੍ਰਿਸਚੀਅਨ ਨੂੰ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਪੀਪਲ ਆਫ ਦੀ ਬੁੱਕ। ਅਤੇ ਇਹ ਪੋਪ ਵਗੈਰਾ ਉੱਥੇ ਗਏ ਅਤੇ ਉਹਨੇ ਜਾ ਕੇ ਜਿਹੜੇ ਕ੍ਰਾਈਸਟ ਥੋਮਸ ਨੂੰ, ਥੋਮਸ ਜਿਹੜੇ ਕ੍ਰਾਈਸਟ ਕਹਿੰਦੇ ਸੀ ਉਹਨਾਂ ਨੂੰ ਮਾਰਿਆ, ਅਤੇ ਜਿਹੜੇ ਕ੍ਰਾਈਸਟ ਆਪਣੇ ਆਪ ਨੂੰ ਘਲਾਉਂਦੇ ਸੀ ਅਗੇ ਤੁਸੀਂ ਜੀਜ਼ੇ ਦੇ ਬਰਾਬਰ ਬਣਦੇ ਆ, ਉਹਨਾਂ ਨੂੰ ਫਿਰ ਮਾਰਿਆ, ਉਹ ਭਜਾ ਦਿੱਤੇ, ਉਹਨਾਂ ਦੀਆਂ ਕਿਤਾਬਾਂ ਵਗੈਰਾ ਚਲਾ ਦਿੱਤੀਆਂ। ਯਾਨੀ ਕਿ ਜਿੱਦਾਂ ਇਹਨਾਂ ਨੇ ਅੰਧੇਰਾ ਪਾਇਆ ਸੀ ਨਾ ਮਿਡਲ ਈਸਟ 'ਚ, ਉੱਦਾਂ ਹੀ ਇਹਨਾਂ ਨੇ ਈਸਟ 'ਚ ਜਾ ਕੇ ਪੋਪਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਸੀਗਾ। ਅਤੇ ਬਾਕੀ ਫਿਰ ਮੁਹੰਮਦ ਸਾਹਿਬ ਨੇ ਜੈਂਟਾਈ ਜਿਹੜੇ ਸੀਗੇ ਉਹਨਾਂ ਦੀ ਜਿੰਨਾ ਚਿਰ ਉਹ ਸਹਿ ਸਕੇ ਸਹਿੰਦੇ ਰਹੇ, ਫਿਰ ਮੁਹੰਮਦ ਸਾਹਿਬ ਨੇ ਫਿਰ ਡੰਡਾ ਚੱਕਿਆ ਇਹਨਾਂ ਦੇ ਦੁਆਲੇ ਅਤੇ ਇਹਨਾਂ ਨੂੰ ਫਿਰ ਚੰਗਾ ਮਜ਼ਾ ਚਖਾਇਆ। ਅਤੇ ਫਿਰ ਆਪਣੇ ਜਿਹੜੇ ਇਸਲਾਮ ਸੀਗਾ ਮੁਹੰਮਦ ਸਾਹਿਬ ਦਾ, ਇਹਦੇ 'ਚ ਮੁੱਲਾ ਸੀਗਾ, ਮੁੱਲਾ ਨਹੀਂ ਹੁੰਦਾ ਇਸਲਾਮ ਵਿੱਚ, ਇਸਲਾਮ ਹੁੰਦਾ ਇਨਸ਼ਾਲਾ ਦਾ, ਇਨਸ਼ ਮੁੱਲਾ ਦਾ ਨਹੀਂ। ਇਹ ਜਦੋਂ ਫਿਰ ਇਸਲਾਮ ਉੱਥੇ ਇੰਡੀਆ 'ਚ ਗਿਆ ਨਾ, ਉੱਥੇ ਫਿਰ ਖੱਤਰੀਆਂ ਨੇ ਇਹਨੂੰ ਮਿਸਯੂਜ਼ ਕੀਤਾ ਅਤੇ ਉੱਥੇ ਬਦਨਾਮ ਹੋ ਗਿਆ। ਨਹੀਂ ਤਾਂ ਜਿਹੜੇ ਸੀਗਾ ਮਿਡਲ ਈਸਟ 'ਚ ਜਿੱਦਾਂ ਉਹ ਸੀ ਸਮੈਰੀਟਨ ਵਿਲੇਜ, ਅਤੇ ਉੱਥੇ ਦੇ ਜਿਹੜਾ ਜਨਾਨੀ ਸੀ ਜਾਂ ਆਦਮੀ ਸੀ ਉਹਨਾਂ ਨੂੰ ਜਿਹੜਾ ਰਬਾਈ ਉਹਨਾਂ ਦਾ ਸੀਗਾ ਉਹਨੇ ਉਹ ਸਬਕ ਦਿੱਤੇ ਸੀ, ਤਦੇ ਹੀ ਉਹ ਬੋਲਦੇ ਸੀ ਉੱਦਾਂ, ਅਤੇ ਇਸ ਕਰਕੇ ਰਬਾਈ ਇਹਨਾਂ ਦੇ ਸਮੈਰੀਟਨ ਵਿਲੇਜ ਦੇ ਜਾਂ ਜੈਂਟਾਈਲ ਦੇ ਬਹੁਤ ਚੰਗੇ ਹੁੰਦੇ ਸੀਗੇ। ਅਤੇ ਉਹੀ ਇਹਨਾਂ ਨੇ ਮੁਹੰਮਦ ਸਾਹਿਬ ਨੇ ਫਿਰ ਰੱਖਿਆ ਕਿ ਉਹਨੂੰ ਇਮਾਮ ਬਣਾ ਦਿੱਤਾ ਰਬਾਈ ਨੂੰ, ਅਤੇ ਵੀ ਉਹ ਸਾਰੇ ਦੇਖਭਾਲ ਕਰੂਗਾ। ਅਤੇ ਪਰ ਜਦੋਂ ਇਮਾਮ ਏਜ 'ਚ ਹੋ ਗਿਆ ਇੰਡੀਆ 'ਚ ਗਿਆ, ਉੱਥੇ ਬੇਈਮਾਨ ਹੋ ਗਿਆ, ਅਤੇ ਫਿਰ ਉੱਥੇ ਫਿਰ ਇਹਨਾਂ ਨੇ ਖੂਬ ਖਿਚੜੀ ਪਕਾਈ। ਅਤੇ ਬਹੁਤ ਕੁਝ ਲਿਖਿਆ ਗਿਆ ਹੈ ਬਾਕੀ ਲੈਕਚਰਾਂ ਰਾਹੀਂ ਖੋਲ੍ਹ ਕੇ। ਸਹੀ ਵੇਦ ਕਤੇਬ ਕਹੋ ਮਤ ਜੂਠੇ, ਜੂਠਾ ਜੋ ਨਾ ਵਿਚਾਰੇ। ਇਹ ਜਿਹੜਾ ਹੈਗਾ ਨਾ ਆਪਣੇ ਬਾਈਬਲ ਹੈਗੀ, ਇਹਦੇ 'ਚ ਜਿਹੜਾ ਹੈਗਾ ਓਲਡ ਟੈਸਟਾਮੈਂਟ ਅਤੇ ਨਿਊ ਬਣਾ ਕੇ ਇਹਨੂੰ ਕਤੇਬ ਬਣਾ ਦਿੱਤਾ, ਜਿਹੜਾ ਹੈਗਾ ਦੋਨੋਂ ਕੰਪੈਟੀਬਲ ਨਹੀਂ ਹੈਗੇ। ਓਲਡ ਟੈਸਟਾਮੈਂਟ ਹੈਗਾ ਵਾਟਰ ਅਤੇ ਨਿਊ ਟੈਸਟਾਮੈਂਟ ਹੈਗਾ ਬਲੱਡ। ਇਸੇ ਕਰਕੇ ਜੀਜ਼ਸ ਜਿਹੜਾ ਕਿ ਸੋਰਸ ਆਫ ਸੀਗਾ ਨਾ ਬਲੱਡ ਅਤੇ ਵਾਟਰ ਅਤੇ ਬਲੱਡ ਦਾ,
ਉਹਨੂੰ ਜਦੋਂ ਉੱਪਰ ਕ੍ਰਾਸ ਤੇ ਟੰਗਿਆ ਸੀ ਤਾਂ ਉਹਦੇ ਛੁਰਾ ਮਾਰਿਆ ਸੀ, ਆਪਣੇ ਚੁੱਭਿਆ ਸੀ ਨਾ ਸਾਈਡ ਤੇ, ਇਹ ਦੋਨੋਂ ਅਲੱਗਾ ਨਿਕਲੇ ਸਨ, ਵਾਟਰ ਤੇ ਬਲੱਡ। ਤੇ ਵੇਦ ਜਿਹੜੇ ਹੈਗੇ ਨੇ ਇਹ ਵਾਟਰ ਨੂੰ ਵਾਟਰ ਨਾਲ ਤੁਲਕ ਰੱਖਦੇ ਨੇ, ਤੇ ਜਿਹੜਾ ਹੈਗਾ ਆਪਣੇ ਗੋਸਪਲ ਇਹ ਹੈਗਾ ਬਲੱਡ ਨਾਲ, ਇਹ ਦੋਨੋਂ ਮਿਕਸ ਨਹੀਂ ਹੁੰਦੇ, ਇਹਨਾਂ ਨੂੰ ਅਲੱਗਾ, ਪੁਰਾਣਾ ਪੁਰਾਣੀ ਕਿਤਾਬ, ਪੁਰਾਣਾ ਕੱਪੜਾ ਤੇ ਨਵਾਂ ਕੱਪੜਾ, ਤੇ ਪੁਰਾਣਾ ਕੱਪੜੇ ਨੂੰ ਤੁਸੀਂ ਨਵੇਂ ਕੱਪੜੇ ਨਾਲ ਨਹੀਂ ਜੋੜ ਸਕਦੇ, ਤੇ ਜਿਹੜਾ ਗੋਸਪਲ ਹੈਗਾ ਨਾਮ ਇਹ ਲਿਖਿਆ ਨਹੀਂ ਜਾ ਸਕਦਾ, ਜਿਹੜਾ ਆਪਣੇ ਆਦਿ ਗ੍ਰੰਥ ਹੈਗਾ ਇੱਕੋ ਕਿਤਾਬ ਲਿਖਾਈ ਸੀਗੀ, ਪਰ ਹੁਣ ਇਹ ਨਕਲ ਕਰ ਲਈ, ਜਿਨ੍ਹਾਂ ਨੇ ਨਕਲ ਕੀਤੀ ਸੀ ਉਹ ਅਸਲੀ ਦੀ, ਉਹਨੂੰ ਕਿਹਾ ਸੀ ਝੂਠੀ ਬੀੜ, ਉਹਨੂੰ ਸੁੱਚ ਮਿੱਠੀ ਬੀੜ ਨਹੀਂ ਕਿਹਾ। ਤੇ ਪਰ ਬਹੁਤ ਸਾਰੀਆਂ ਗਲਤੀਆਂ ਹੈਗੀਆਂ, ਲੋਕੀ ਅੰਨੇ ਹੈਗੇ ਨੇ, ਤੇ ਇਹ ਜਿਹੜੇ ਬਣ ਗਈ ਕਿਤੇਬ ਹੈਗੇ, ਇਸ ਕਰਕੇ ਕਿ ਇਹਦੇ 'ਚ ਵੇਦ ਤੇ ਜਿਹੜੀ ਗੋਸਪਲ ਦੋਨੋਂ ਮਿਲਾ ਦਿੱਤੇ, ਓਲਡ ਟੈਸਟਾਮੈਂਟ ਐਂਡ ਨਿਊ ਟੈਸਟਾਮੈਂਟ, ਤੇ ਕੁਰਾਨ ਵਿੱਚ ਵੀ ਇਹੋ ਹੀ ਸੇਮ ਹੀ ਹੈਗਾ, ਦੋਨਾਂ ਦੀ ਸਿਕਸ਼ਾ ਨਾਲ ਹੈਗੀ, ਤੇ ਇਸ ਕਰਕੇ ਕਿਤੇਬ ਹੈਗੇ ਦੋਨੋਂ ਹੀ, ਕੁਰਾਨ ਤੇ ਬਾਈਬਲ। ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਇਹਨੂੰ ਵਿਚਾਰਨਾ ਹੈਗਾ ਵੀ ਕਿਉਂ ਹੈਗੇ ਨੇ, ਸਮਝਣਾ ਹੈਗਾ ਵੀ ਜਿਹੜੀ ਪੁਰਾਣਾ ਦੇ ਕੀ ਮਤਲਬ ਹੈਗਾ ਤੇ ਨਵੇਂ ਦਾ ਕੀ ਮਤਲਬ ਹੈਗਾ, ਤੇ ਉਹਦਾ ਤੁਸੀਂ ਅਲੱਗ ਅਲੱਗ ਆਪ ਕਰਨਾ ਹੈਗਾ। ਰਾਮ 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 ਜੀਓ, ਬਾਕੀ ਅਕਾਲ ਪੁਰਖ ਦੀ ਦਇਆ ਰਹੀ।